ਮੰਮੀ ਮੈਨੂੰ ਤਾਂ ਲੱਗਦਾ ਸੀ ਤੂੰ ਟਹਿ ਗਈ ਪਰ ਤੂੰ ਤਾਂ ਗੋਲੂ ਪਹਿਲਵਾਨ ਵਾਂਗੂ ਦਾਦ ਖਾਏ ਹੋਰ ਮਾਰੇ ਹੋਰ ਕਰਤੀ ਚਿੱਤ ਪਹਿਲਾਂ ਦੁਸ਼ਮਣ ਦਾ ਜ਼ੋਰ ਵੇਖੀਏ ਫਿਰ ਮੌਕਾ ਵੇਖ ਕੇ ਚੌਕਾ ਮਾਰ ਦੋ ਅਜੇ ਤਾਂ ਵੇਖੀ ਜਾਈ ਤੱਕਲੇ ਵਾਂਗੂ ਸਿੱਧੀ ਕਰਕੇ ਰੱਖੂ ਆਏ ਹਾਏ ਮਾਂ ਕਿਦੀ ਐ ਜਿਵੇਂ ਇੱਕ ਦਿਨ ਚ ਤੂੰ ਉਹਦੀ ਨੂੰ ਸਿੱਧੀ ਕਰਤੀ ਨਾ ਮੈਂ ਵੀ ਸਹੁਰੇ ਜਾਣ ਸਾਰ ਆਪਦੀ ਸੱਸ ਦੀ ਛਾਲ ਚਕਾਤੀ ਸੀ ਅਜੇ ਤਾਂ ਮੈਂ ਤੈਨੂੰ ਹੋਰ ਬੜੇ ਗੁਰ ਸਿਖਾਉਣੇ ਨੇ ਠੀਕ ਐ ਓ ਬੇਬੇ अपनी धी नूं गुर सिखाई जानी है कोई गुर जवाई नूं भी सिखा दे अपने घर वाली ते सस नूं सिद्धी करन वास्ते ना तैनूं क्यों सिखावे मां तां ओह मेरी है कंजी चक के रख मैं तां कहना जिवें तूं अपनी धी नूं चकदी है ना रब तैनूं चके भावें चक्कन लगे ते रब दे चुक्की पै जे तां जनानियां जिन्ना अन्न खा जांदियां बैठी मारी जांदियां जबड़ियां टांके तां पग गए तुहाडे किने लाए सीगे आ तुहाडे मिर्जा साहब ने लाए ने जी किने लाए सी तुहाडे चों टांके ਜਿਵੇਂ ਇਹਨਾਂ ਨੇ ਮੇਰੇ ਟਾਂਕੇ ਲਾਏ ਨਾ ਜੀ ਐ ਤਾਂ ਕੋਈ ਬੋਰੀ ਨੂੰ ਵੀ ਨਹੀਂ ਸਿਉਂਦਾ ਜੇ ਤੁਹਾਡੀ ਇੰਟਰਨਸ਼ਿਪ ਦਾ ਅੱਜ ਲਾਸਟ ਡੇ ਨਾ ਨਾ ਹੁੰਦਾ ਤਾਂ ਤੁਹਾਨੂੰ ਮੈਂ 10-10 ਸਟਿਚਸ ਕਿਵੇਂ ਲਾਈ ਦੇਣੇ ਕਰੋ ਰੀਸਟਿਚ ਨਾ ਦੇ ਨਾ ਜੀ ਨਾ ਇਹਨਾਂ ਤੋਂ ਟਾਂਕੇ ਲਵਾਉਣ ਨਾਲੋਂ ਤਾਂ ਚੰਗਾ ਮੈਂ ਕਿਸੇ ਦਰਜੀ ਤੋਂ ਸਿਉਣ ਮਰਵਾ ਲਾਂ ਜੀ ਡੋਂਟ ਵਰੀ ਮੈਂ ਆਪ ਕਰਦਾ ਤੁਸੀਂ ਕੀ ਕਰਦੇ ਹੋ ਖੜੇ ਇੱਥੇ ਗੋ ਆਊਟ ਕੋਈ ਨਹੀਂ ਮੈਂ ਲਗਾ ਦੇਣਾ ਇਹ ਸਭ ਤੇਰੇ ਕਰਕੇ ਸੁਣਨਾ ਪਿਆ ਉਦੋਂ ਟਾਂਕੇ ਲਾਉਂਦੇ ਬੋਲਣਾ ਤੂੰ ਨਹੀਂ ਹਟੀ ਉਲਟਾ ਤੇਰੇ ਕਰਕੇ ਮੈਨੂੰ ਸੁਣਨਾ ਪਿਆ ਅੱਛਾ ਚਲ ਛੱਡ ਤੂੰ ਇਹ ਦੱਸ ਘਰੇ ਵਿਆਹ ਦੀ ਗੱਲ ਕੀਤੀ ਕਿ ਨਹੀਂ ਆ ਮੈਂ ਕਰ ਲੈਣੀ ਹੂੰ ਘਰੇ ਵਿਆਹ ਦੀ ਗੱਲ ਬਸ ਹੁਣ ਤਾਂ ਬਹਾਨੇ ਲਾਣੇ ਛੱਡ ਦੇ ਹੁਣ ਤਾਂ ਤੇਰੇ ਭਰਾ ਦਾ ਵਿਆਹ ਵੀ ਹੋ ਗਿਆ ਹੋਇਆ ਵੀ ਕਿਦੇ ਨਾਲ ਮੇਰੀ ਭੈਣ ਨਾਲ ਸੁਖ ਨਾਲ ਰੱਬ ਨੇ ਆਪੇ ਸਾਰੇ ਰਾਹ ਖੋਲਤੇ ਐਟਲੀਸਟ ਹੁਣ ਤਾਂ ਘਰੇ ਗੱਲ ਕਰ ਲੈ ਉਹ ਅੱਛਾ ਬਾਬਾ ਕਰ ਲੂੰਗਾ ਟੈਨਸ਼ਨ ਨਾ ਲੈ ਤੂੰ ਹੌਸਲਾ ਰੱਖ ਹੁਣ ਤਾਂ ਤੈਨੂੰ ਛੇਤੀ ਬੇਬੇ ਦੀ ਨੂੰ ਤੇ ਭਰਜਾਈ ਦੀ ਦਰਾਣੀ ਬਣਾ ਹੀ ਦੇਣਾ ਨੀ ਮਾਤਾ ਕਿੰਨਾ ਕੰਮ ਕਰਦੀ ਹੈ ਤੂੰ ਸਾਰਾ ਦਿਨ थकदी नहीं होर की करा जिहड़ा सिर ते पिया ते करना ही पैना माता तेरी उम्र हुण काम करन दी नहीं आराम करन दी है तू तां हुण आराम नाल बैठ के अपणियां दूजियां जिम्मेवारियां नवेड़ दूजियां किहड़ियां जिम्मेवारियां वे कहना की चाहना तू देख तू भैण भी विआहती ते वीरा भी विआहता ते हुण तैनूं भी विआह दियां ओहदे वाली ने आके ते बड़े लल्लर लाते ते जिहड़े रह गए ओ तेरे वाली ला दूं मैनूं तां नौ ना तो ही नफरत हो गई दुनिया इधर तो उधर हो जे तेरा ब्याह नहीं कर दी मैं कुवारा ही रखूं चल खेड़ चल के बेबे तेरी ते भाभी दी मत वाली मिलदी है मिले क्यों ना इस घर च साडी दोहां दी एक पार्टी है थोड़ी पार्टी तां होर घैंट हो जे जिहो जी भाभी इहो जी दराणी आ जे मैं तां आपे ही चाहनी आ तू किधरे हुण बड्डे वांगू बड्डा ना हो जी तेरी ब्याह कराउण दी उम्र है कुड़े तू ही बन जा विचोलण ਲੈ ਆ ਆਪਦੀ ਵਰਗੀ ਸ਼ੇਰਨੀ ਮੈਂ ਕਿਉਂ ਕਿਸੇ ਦੀ ਧੀ ਨੂੰ ਫਾਹੇ ਲਾਵਾਂ ਇੱਥੇ ਮੈਂ ਬੜੀ ਸੁਖੀ ਆ ਡੰਗਰਾਂ ਦਾ ਕੰਮ ਰੋਟੀ ਟੁੱਕ ਭਾਂਡੇ ਮਾਂਜਣਾ ਕੱਪੜੇ ਧੋਣਾ ਚਾਹ ਪਾਣੀ ਜਿੰਨੇ ਕੰਮ ਇਸ ਘਰ 'ਚ ਨੇ ਨਾ ਉਹਨੇ ਤਾਂ ਕਿਸੇ ਚੱਲਦੇ ਢਾਬੇ 'ਚ ਨਹੀਂ ਹੋਣੇ ਵਿਚੋਲਣ ਤਾਂ ਕੀ ਜੇ ਇਸ ਘਰ ਨੂੰ ਸਾਖ ਵੀ ਆ ਗਿਆ ਨਾ ਮੈਂ ਤਾਂ ਪਾਣੀ ਮਾਰੂ ਲੈ ਤੇਰੀ ਮਾਂ ਨੇ ਇੰਨੀ ਤਪਾਤੀ ਹੁਣ ਮੈਂ ਕੀ ਕਰਾਂ ਪੁੱਤ ਇਹਨੂੰ ਦ੍ਰਿਸ਼ਟੀ ਆਸਨ ਕਹਿੰਦੇ ਆ ਮਾਂ ਕੀ ਕਹਿੰਦੀ जवाब देगी ए अलोम बिलोम आसन है भाभी ओ भी नहीं मानदी ओहो हुण आ किहड़ा आसन है बीबी ए आसन उसन कोई नहीं मेरे तो आप हथ खड़े है भाई हाय रब्बा की करा मैं मेरी तो किस्मत ही माड़ी आ मम्मी भी ना कर गई भाभी भी नहीं मानदी आ हुण बीबी ने भी हथ खड़े करते अजे तक किसी नहीं पता कि भाभी की भैन है मैं तो समझ नहीं आता मैं की करा